ਦੇਣ ਵਾਲਾ ਤਾਂ ਸ਼ਰਾਬ ਘੁਟਾਲੇ ਕੇਂਦਰ ਹੈ ਤੇ ਉੱਥੇ ਟੀਕਾ ਤੱਕ ਨੀ ਲਵਾਉਂਦਾ। ਟੀਕਾ ਕਾਲਾ ਲਵਾਉਣਾ ਕਹਿੰਦਾ ਵੀ ਚੁੱਪ ਵੱਧ ਜਾਂਦੀ। ਪਹਿਲਾਂ ਹੀ ਬੰਦਾ ਵੇਖਿਆ ਜੇਲ੍ਹ 'ਚ ਜਿਹੜਾ ਕਹਿੰਦਾ ਮੈਨੂੰ ਅੰਬ ਖਵਾਓ, ਮੈਨੂੰ ਲੱਡੂ ਖਵਾਓ, ਮੇਰੀ ਸ਼ੂਗਰ ਘੱਟਦੀ ਹੈ, ਫਿਰ ਕਹਿੰਦਾ ਮੈਨੂੰ ਟੀਕਾ ਲਵਾਓ ਇੰਸੂਲਿਨ ਦਾ। ਆਮ ਆਦਮੀ ਦੇ ਜਿਹੜੇ ਵਜ਼ੀਰ ਨੇ ਉਹ ਇੰਸੂਲਿਨ ਦੇ ਟੀਕੇ ਲੈ ਕੇ ਦਿੱਲੀ ਦੀ ਗਲੀਆਂ ਗਲੀਆਂ 'ਚ ਫਿਰਦੇ ਆ। ਮੇਰਾ ਜੀ ਤਾਂ ਕਰਦਾ ਸੀ ਕਦਾ ਇਹਨਾਂ ਦੀ ਖੋਖਦੇ ਆ। ਇਹਨੇ ਬਿਕਰਮ ਸਿੰਘ ਮਜੀਠੀਆ ਜੋ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਤੰਜ ਕੱਸ ਰਹੇ ਨੇ, ਖਾਸ ਕਰਕੇ ਜੇਲ੍ਹ ਦੇ ਵਿੱਚ ਉਹਨਾਂ ਦੇ ਡਾਇਬਟੀਜ਼ ਦੇ ਮਸਲੇ ਤੇ ਜੋ ਵਿਵਾਦ ਭਖਿਆ ਉਸ ਤੇ ਬਿਕਰਮ ਸਿੰਘ ਮਜੀਠੀਆ ਤੰਜ ਕੱਸ ਰਹੇ ਨੇ ਤੇ ਨਾਲ ਹੀ ਆਮ ਆਦਮੀ ਪਾਰਟੀ ਨੂੰ ਸਲਾਹ ਵੀ ਦੇ ਰਹੇ ਨੇ। ਇੱਕ ਧੀ ਭੈਣ ਨੂੰ ਗਰੰਟੀ ਕਹਿੰਦਾ ਸੀ ਕੇਜਰੀਵਾਲ ਕਿ ਮੇਰੀ ਗਰੰਟੀ, ਗਰੰਟੀ ਤਾਂ ਐ ਦਿੰਦਾ ਸੀ ਕਿ ਜਿਵੇਂ ਪਤਾ ਨੀ ਇਹਦੀ ਜਵਾਬ ਦੇ ਬਦਲੇ ਪਤਾ ਨੀ ਕਹਿੰਦੇ ਜੇ ਨਹੀਂ ਦਊਗਾ ਤੇ ਕਿਹੜੇ ਬੈਂਕ ਨੇ ਸਿੱਧੇ ਪੈਸੇ ਖਾਤੇ ਚ ਪਾ ਦੇਣੇ। ਅੱਜ ਉਹ ਗਰੰਟੀ ਦੇਣ ਵਾਲਾ ਤਾਂ ਸ਼ਰਾਬ ਘੁਟਾਲੇ ਦੇ ਅੰਦਰ ਹੈ ਤੇ ਉੱਥੇ ਟੀਕਾ ਤੱਕ ਨੀ ਲਵਾਉਂਦਾ। ਟੀਕਾ ਕਾਲਾ ਲਵਾਉਣਾ ਕਹਿੰਦਾ ਵੀ ਸ਼ੂਗਰ ਵੱਧ ਜਾਂਦੀ ਹੈ। ਮੈਂ ਇਹ ਪਹਿਲਾਂ ਹੀ ਬੰਦਾ ਵੇਖਿਆ ਜੇਲ੍ਹ 'ਚ ਜਿਹੜਾ ਕਹਿੰਦਾ ਮੈਨੂੰ ਅੰਬ ਖਵਾਓ, ਮੈਨੂੰ ਲੱਡੂ ਖਵਾਓ, ਮੇਰੀ ਸ਼ੂਗਰ ਘੱਟਦੀ ਹੈ, ਫਿਰ ਕਹਿੰਦਾ ਮੈਨੂੰ ਟੀਕਾ ਲਵਾਓ ਇੰਸੂਲਿਨ ਦਾ, ਨਹੀਂ ਤਾਂ ਮੇਰੇ ਤੇ ਮੇਰਾ ਜਾਨੀ ਮਾਲੀ ਨੁਕਸਾਨ ਹੋ ਸਕਦਾ। ਮੈਂ ਵੇਖ ਰਿਹਾ ਸੀ ਆਮ ਆਦਮੀ ਦੇ ਜਿਹੜੇ ਵਜ਼ੀਰ ਨੇ ਉਹ ਇੰਸੂਲਿਨ ਦੇ ਟੀਕੇ ਲੈ ਕੇ ਦਿੱਲੀ ਦੀ ਗਲੀਆਂ ਗਲੀਆਂ 'ਚ ਫਿਰਦੇ ਆ। ਮੇਰਾ ਜੀ ਤਾਂ ਕਰਦਾ ਸੀ ਕਦਾ ਇਹਨਾਂ ਦੀ ਖੋਖਦੇ ਆ ਕਿ ਭਰਾ ਉਹਦੀ ਸ਼ੂਗਰ ਤਾਂ ਪਤਾ ਨਹੀਂ ਵਧੂ ਘੱਟੂ ਨਹੀਂ, ਮਗਰ ਪੰਜਾਬ ਤੇ ਜ਼ਰੂਰ ਬਿਮਾਰੂ ਸੂਬਾ ਬਣਾ ਦਿੱਤਾ ਜਿਹਨਾਂ ਦੀ ਹਰਕਤਾਂ ਨੇ। ਜਿਹੜਾ ਕਹਿੰਦਾ ਸੀ ਮੇਰੀ ਗਰੰਟੀ ਆਪਣਾ ਜਿੰਦਗੀ ਜੀ, ਤੁਸੀਂ 24,000 ਦੀ ਗੱਲ ਕੀਤੀ ਕਿ ਦੋ ਸਾਲ ਨਹੀਂ ਹੋ ਗਏ ਜੀ, 2 ਸਾਲ 3-4 ਮਹੀਨੇ ਹੋ ਗਏ ਹੈ। ਇੱਕ ਧੀ ਭੈਣ ਦਾ ਜਿਹੜੇ ਗਰੰਟੀ ਲੈਂਦੇ ਸਨ ਅੱਜ 27,000 ਰੁਪਈਆ ਦੇਣ ਵਾਲਾ ਹੋ ਗਿਆ। ਔਰ ਇਕੱਲਾ ਧੀ ਭੈਣ ਦਾ 27,000 ਨਹੀਂ, 2500 ਪੈਨਸ਼ਨ ਲਾਉਣ ਦੀ ਵੀ ਗੱਲ ਕੀਤੀ ਸੀ। ਪੈਨਸ਼ਨ ਲਾਉਣੀ ਤਾਂ ਕੀ ਸੀ, ਕਈਆਂ ਦੀ ਪੈਨਸ਼ਨ ਹੀ ਕੱਟ ਗਈ। ਆਟੇ ਦਾਲ ਦੇ ਕਾਰਡ ਜਿਹੜੇ ਬਾਦਲ ਸਾਹਿਬ ਨੇ ਬਣਾਏ ਸੀ 2 ਸਾਲ ਉਹ ਕਾਰਡ ਨਹੀਂ ਦਿੱਤੇ, ਹੁਣ ਇਲੈਕਸ਼ਨ ਆਈ ਆ ਤੇ ਉਹ ਕੰਮ ਸ਼ੁਰੂ ਕਰਤੀ। ਆਪ ਦੀ ਇਹ ਜਰਖੇਸ ਧਰਤੀ ਨੂੰ ਕਿਤੇ ਦਿੱਲੀ ਦੀ ਗਰੰਟੀ ਦੀ ਕਾਹਦੀ ਲੋੜ ਪੈ ਗਈ ਸੀ। ਔਰ ਅੱਜ ਹਾਲਾਤ ਵੇਖ ਲਓ ਕਿੰਨੇ ਖਤਰਨਾਕ ਬਣੇ ਨੇ।